ਹਾਂਜੀ, ਕਿਆ ਹਾਲ ਚਾਲ ਹੈ ਸਾਰਿਆਂ ਨੂੰ? ਤੁਹਾਨੂੰ ਦੇਖ ਹੀ ਸਕਾਂ, 17 ਤਰੀਕ ਵਾਸਤੇ ਨਵਦੀਪ ਬਾਈ ਵਾਸਤੇ ਇਕੱਠ ਕਰ ਰਹੇ ਹਾਂ ਆਪਾਂ, ਤੋ ਵੱਧ ਤੋਂ ਵੱਧ ਜ਼ਿਆਦਾ ਸੰਖਿਆ ਮਾਂ ਹਾਜ਼ਰੀ ਲਾਉਣੀ ਆ ਬਾਈ। ਤੋ ਹਰਿਆਣਾ ਸਰਕਾਰ ਦੇਖ ਲਓ ਬਾਈ, ਬੀਬੀ ਹਟ ਨਹੀਂ ਰਹੀ ਹੈ। ਇਹ ਦੇਖ ਲਓ ਬਾਈ, ਇਹ ਪੁਲਿਸ ਬੀਬੀ ਨੋਟਿਸ ਲਾ ਕੇ ਗਈ ਆ। ਕਿਆ ਗੁਨਾਹ ਕਰਦੀ ਆ ਮਾਨੇ, ਕਿਸ ਚੀਜ਼ ਦਾ ਗੁਨਾਹ ਕਰਦੀ ਆ ਮਾਨੇ, ਜੋ ਨੋਟਿਸ ਲਾਏ ਜਾ ਰਹੇ ਆ ਮਾਰੇ ਘਰਾਂ ਵਾਂ। ਸਿਰਫ ਇੱਕ ਹੀ ਉਹੀ ਕਹਿ ਰਹੇ ਆ ਨਾ ਵੀ ਨਵਦੀਪ ਨੂੰ ਛੱਡ ਦਿਉ, ਉਸਨੇ ਕੋਈ ਮਰਡਰ ਕਰਦੀ ਆ, ਰੇਪ ਕਰਿਆ ਉਸਨੇ, ਕਿਹਾ ਕੋਈ ਆਪਣੇ ਹੱਕਾਂ ਵਾਸਤੇ ਹੀ ਲੜ ਰਿਹਾ ਨਾ, ਜ਼ਮੀਨਾਂ ਪਿੱਛੇ ਲੜ ਰਿਹਾ ਆਪਣੀ। ਤੋ ਬਾਈਓ, ਇਸ ਤੁਹਾਨੂੰ ਡਿਸੀਜਨ ਕਰਨਾ ਵੀ ਹਾਂ, ਤੁਹਾਨੂੰ ਉਸਨੂੰ ਛਡਵਾ ਸਕਾਂ ਜਾਂ ਨਹੀਂ ਛਡਵਾ ਸਕਾਂ। ਹੱਥ ਜੋੜਗਾ ਬੇਨਤੀ ਆ ਬਾਈ ਸਭ ਨੂੰ ਵੀ 17 ਤਰੀਕ ਨੂੰ ਹੱਦ ਤੋਂ ਜ਼ਿਆਦਾ ਇਕੱਠ ਕਰ ਦਿਓ, ਵੀ ਸਰਕਾਰ ਨੂੰ ਘੁਟਨੇ ਟੇਕਣੇ ਪੜ ਜਾਂ ਆਪਣੇ। ਹਾਂਜੀ, ਕਿਆ ਹਾਲ ਚਾਲ ਹੈ ਸਾਰਿਆਂ ਨੂੰ? ਤੁਹਾਨੂੰ ਦੇਖ ਹੀ ਸਕਾਂ, 17 ਤਰੀਕ ਵਾਸਤੇ ਨਵਦੀਪ ਬਾਈ ਵਾਸਤੇ ਇਕੱਠ ਕਰ ਰਹੇ ਹਾਂ ਆਪਾਂ, ਤੋ ਵੱਧ ਤੋਂ ਵੱਧ ਜ਼ਿਆਦਾ ਸੰਖਿਆ ਮਾਂ ਹਾਜ਼ਰੀ ਲਾਉਣੀ ਆ ਬਾਈ। ਤੋ ਹਰਿਆਣਾ ਸਰਕਾਰ ਦੇਖ ਲਓ ਬਾਈ, ਬੀਬੀ ਹਟ ਨਹੀਂ ਰਹੀ ਹੈ। ਇਹ ਦੇਖ ਲਓ ਬਾਈ, ਇਹ ਪੁਲਿਸ ਬੀਬੀ ਨੋਟਿਸ ਲਾ ਕੇ ਗਈ ਆ। ਕਿਆ ਗੁਨਾਹ ਕਰਦੀ ਆ ਮਾਨੇ, ਕਿਸ ਚੀਜ਼ ਦਾ ਗੁਨਾਹ ਕਰਦੀ ਆ ਮਾਨੇ, ਜੋ ਨੋਟਿਸ ਲਾਏ ਜਾ ਰਹੇ ਆ ਮਾਰੇ ਘਰਾਂ ਵਾਂ। ਸਿਰਫ ਇੱਕ ਹੀ ਉਹੀ ਕਹਿ ਰਹੇ ਆ ਨਾ ਵੀ ਨਵਦੀਪ ਨੂੰ ਛੱਡ ਦਿਉ, ਉਸਨੇ ਕੋਈ ਮਰਡਰ ਕਰਦੀ ਆ, ਰੇਪ ਕਰਿਆ ਉਸਨੇ, ਕਿਹਾ ਕੋਈ ਆਪਣੇ ਹੱਕਾਂ ਵਾਸਤੇ ਹੀ ਲੜ ਰਿਹਾ ਨਾ, ਜ਼ਮੀਨਾਂ ਪਿੱਛੇ ਲੜ ਰਿਹਾ ਆਪਣੀ। ਤੋ ਬਾਈਓ, ਇਸ ਤੁਹਾਨੂੰ ਡਿਸੀਜਨ ਕਰਨਾ ਵੀ ਹਾਂ, ਤੁਹਾਨੂੰ ਉਸਨੂੰ ਛਡਵਾ ਸਕਾਂ ਜਾਂ ਨਹੀਂ ਛਡਵਾ ਸਕਾਂ। ਹੱਥ ਜੋੜਗਾ ਬੇਨਤੀ ਆ ਬਾਈ ਸਭ ਨੂੰ ਵੀ 17 ਤਰੀਕ ਨੂੰ ਹੱਦ ਤੋਂ ਜ਼ਿਆਦਾ ਇਕੱਠ ਕਰ ਦਿਓ, ਵੀ ਸਰਕਾਰ ਨੂੰ ਘੁਟਨੇ ਟੇਕਣੇ ਪੜ ਜਾਂ ਆਪਣੇ। ਹਾਂਜੀ, ਕਿਆ ਹਾਲ ਚਾਲ ਹੈ ਸਾਰਿਆਂ ਨੂੰ? ਤੁਹਾਨੂੰ ਦੇਖ ਹੀ ਸਕਾਂ, 17 ਤਰੀਕ ਵਾਸਤੇ ਨਵਦੀਪ ਬਾਈ ਵਾਸਤੇ ਇਕੱਠ ਕਰ ਰਹੇ ਹਾਂ ਆਪਾਂ, ਤੋ ਵੱਧ ਤੋਂ ਵੱਧ ਜ਼ਿਆਦਾ ਸੰਖਿਆ ਮਾਂ ਹਾਜ਼ਰੀ ਲਾਉਣੀ ਆ ਬਾਈ। ਤੋ ਹਰਿਆਣਾ ਸਰਕਾਰ ਦੇਖ ਲਓ ਬਾਈ, ਬੀਬੀ ਹਟ ਨਹੀਂ ਰਹੀ ਹੈ। ਇਹ ਦੇਖ ਲਓ ਬਾਈ, ਇਹ ਪੁਲਿਸ ਬੀਬੀ ਨੋਟਿਸ ਲਾ ਕੇ ਗਈ ਆ। ਕਿਆ ਗੁਨਾਹ ਕਰਦੀ ਆ ਮਾਨੇ, ਕਿਸ ਚੀਜ਼ ਦਾ ਗੁਨਾਹ ਕਰਦੀ ਆ ਮਾਨੇ, ਜੋ ਨੋਟਿਸ ਲਾਏ ਜਾ ਰਹੇ ਆ ਮਾਰੇ ਘਰਾਂ ਵਾਂ। ਸਿਰਫ ਇੱਕ ਹੀ ਉਹੀ ਕਹਿ ਰਹੇ ਆ ਨਾ ਵੀ ਨਵਦੀਪ ਨੂੰ ਛੱਡ ਦਿਉ, ਉਸਨੇ ਕੋਈ ਮਰਡਰ ਕਰਦੀ ਆ, ਰੇਪ ਕਰਿਆ ਉਸਨੇ, ਕਿਹਾ ਕੋਈ ਆਪਣੇ ਹੱਕਾਂ ਵਾਸਤੇ ਹੀ ਲੜ ਰਿਹਾ ਨਾ, ਜ਼ਮੀਨਾਂ ਪਿੱਛੇ ਲੜ ਰਿਹਾ ਆਪਣੀ। ਤੋ ਬਾਈਓ, ਇਸ ਤੁਹਾਨੂੰ ਡਿਸੀਜਨ ਕਰਨਾ ਵੀ ਹਾਂ, ਤੁਹਾਨੂੰ ਉਸਨੂੰ ਛਡਵਾ ਸਕਾਂ ਜਾਂ ਨਹੀਂ ਛਡਵਾ ਸਕਾਂ। ਹੱਥ ਜੋੜਗਾ ਬੇਨਤੀ ਆ ਬਾਈ ਸਭ ਨੂੰ ਵੀ 17 ਤਰੀਕ ਨੂੰ ਹੱਦ ਤੋਂ ਜ਼ਿਆਦਾ ਇਕੱਠ ਕਰ ਦਿਓ, ਵੀ ਸਰਕਾਰ ਨੂੰ ਘੁਟਨੇ ਟੇਕਣੇ ਪੜ ਜਾਂ ਆਪਣੇ। ਹਾਂਜੀ, ਕਿਆ ਹਾਲ ਚਾਲ ਹੈ ਸਾਰਿਆਂ ਨੂੰ? ਤੁਹਾਨੂੰ ਦੇਖ ਹੀ ਸਕਾਂ, 17 ਤਰੀਕ ਵਾਸਤੇ ਨਵਦੀਪ ਬਾਈ ਵਾਸਤੇ ਇਕੱਠ ਕਰ ਰਹੇ ਹਾਂ ਆਪਾਂ, ਤੋ ਵੱਧ ਤੋਂ ਵੱਧ ਜ਼ਿਆਦਾ ਸੰਖਿਆ ਮਾਂ ਹਾਜ਼ਰੀ ਲਾਉਣੀ ਆ ਬਾਈ। ਤੋ ਹਰਿਆਣਾ ਸਰਕਾਰ ਦੇਖ ਲਓ ਬਾਈ, ਬੀਬੀ ਹਟ ਨਹੀਂ ਰਹੀ ਹੈ। ਇਹ ਦੇਖ ਲਓ ਬਾਈ, ਇਹ ਪੁਲਿਸ ਬੀਬੀ ਨੋਟਿਸ ਲਾ ਕੇ ਗਈ ਆ। ਕਿਆ ਗੁਨਾਹ ਕਰਦੀ ਆ ਮਾਨੇ, ਕਿਸ ਚੀਜ਼ ਦਾ ਗੁਨਾਹ ਕਰਦੀ ਆ ਮਾਨੇ, ਜੋ ਨੋਟਿਸ ਲਾਏ ਜਾ ਰਹੇ ਆ ਮਾਰੇ ਘਰਾਂ ਵਾਂ। ਸਿਰਫ ਇੱਕ ਹੀ ਉਹੀ ਕਹਿ ਰਹੇ ਆ ਨਾ ਵੀ ਨਵਦੀਪ ਨੂੰ ਛੱਡ ਦਿਉ, ਉਸਨੇ ਕੋਈ ਮਰਡਰ ਕਰਦੀ ਆ, ਰੇਪ ਕਰਿਆ ਉਸਨੇ, ਕਿਹਾ ਕੋਈ ਆਪਣੇ ਹੱਕਾਂ ਵਾਸਤੇ ਹੀ ਲੜ ਰਿਹਾ ਨਾ, ਜ਼ਮੀਨਾਂ ਪਿੱਛੇ ਲੜ ਰਿਹਾ ਆਪਣੀ। ਤੋ ਬਾਈਓ, ਇਸ ਤੁਹਾਨੂੰ ਡਿਸੀਜਨ ਕਰਨਾ ਵੀ ਹਾਂ, ਤੁਹਾਨੂੰ ਉਸਨੂੰ ਛਡਵਾ ਸਕਾਂ ਜਾਂ ਨਹੀਂ ਛਡਵਾ ਸਕਾਂ। ਹੱਥ ਜੋੜਗਾ ਬੇਨਤੀ ਆ ਬਾਈ ਸਭ ਨੂੰ ਵੀ 17 ਤਰੀਕ ਨੂੰ ਹੱਦ ਤੋਂ ਜ਼ਿਆਦਾ ਇਕੱਠ ਕਰ ਦਿਓ, ਵੀ ਸਰਕਾਰ ਨੂੰ ਘੁਟਨੇ ਟੇਕਣੇ ਪੜ ਜਾਂ ਆਪਣੇ।